ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਰਸ਼ਨ ਸਿੰਘ, ਦਰਸ਼ਕ ਵਿਸ਼ੇਸ਼ ਰਿਪੋਰਟ ਲੈ ਕੇ ਹਾਜ਼ਰ ਹਾਂ। ਇਸ ਰਿਪੋਰਟ ਦੇ ਵਿੱਚ ਅਕਸਰ ਹੀ ਆਪਾਂ ਗੰਭੀਰ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਆਉਂਦੇ ਹਾਂ। ਪਿਛਲੇ ਕਈ ਦਿਨਾਂ ਤੋਂ ਅਸੀਂ ਲੋਕ ਸਭਾ ਚੋਣਾਂ ਨਾਲ ਸੰਬੰਧਿਤ ਇਸ ਪ੍ਰੋਗਰਾਮ ਦੇ ਵਿੱਚ ਰਿਪੋਰਟ ਕਰਦੇ ਆ ਰਹੇ ਹਾਂ, ਨਾਲ ਨਾਲ ਇਹ ਵੀ ਦੱਸਦੇ ਆ ਰਹੇ ਹਾਂ ਕਿ ਕਿਹੜੇ ਕਿਹੜੇ ਚੋਣ ਖੇਤਰ ਦੇ ਵਿੱਚ ਕਿਹੜੇ ਕਿਹੜੇ ਉਮੀਦਵਾਰ ਖੜ੍ਹੇ ਹੋ ਗਏ ਨੇ, ਉਹਨਾਂ ਦੇ ਕੀ ਪ੍ਰਮੁੱਖ ਮੁੱਦੇ ਨੇ। ਅਤੇ ਅੱਜ ਅਸੀਂ ਇੱਕ ਵਿਸ਼ੇਸ਼ ਰਿਪੋਰਟ ਉਹ ਲੈ ਕੇ ਆਏ ਹਾਂ ਜਿਸ ਦਾ ਕਿ ਮਹਿਲਾਵਾਂ ਦੇ ਨਾਲ ਨਾ ਇਨਸਾਫੀ ਨਾਲ ਸੰਬੰਧਿਤ ਹੈ। ਅਤੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਨੇ ਆਪਣੀਆਂ ਆਪਣੀਆਂ ਲਿਸਟਾਂ ਜਾਰੀ ਕਰ ਦਿੱਤੀਆਂ ਨੇ, ਕੁਛ ਇੱਕ ਦੀਆਂ ਲਿਸਟਾਂ ਹਲੇ ਆਉਣੀਆਂ ਬਾਕੀ ਨੇ। ਪਰ ਅਫਸੋਸ ਦੀ ਗੱਲ ਇਹ ਹੈ ਕਿ ਮਹਿਲਾਵਾਂ ਦੇ ਨਾਲ ਇੱਥੇ ਸਿੱਧੀ ਸਿੱਧੀ ਨਾ ਇਨਸਾਫੀ ਹੋਈ ਹੈ। ਅਤੇ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਨੇ ਤਿੰਨ ਮਹਿਲਾਵਾਂ ਨੂੰ ਪ੍ਰਤੀਨਿਧਤਾ ਦਿੱਤੀ ਹੈ, ਅਤੇ ਦੂਜੇ ਪਾਸੇ ਕਾਂਗਰਸ ਨੇ ਵੀ ਦੋ ਔਰਤਾਂ ਨੂੰ ਟਿਕਟ ਦੇ ਦਿੱਤੀ ਹੈ। ਅਕਾਲੀ ਦਲ ਨੇ ਇੱਕ ਔਰਤ ਨੂੰ ਟਿਕਟ ਦਿੱਤੀ ਹੈ, ਅਤੇ ਜਦਕਿ ਆਮ ਆਦਮੀ ਪਾਰਟੀ ਨੇ ਕਿਸੇ ਵੀ ਪਾਰਟੀ ਨੂੰ ਇਸ ਸੰਬੰਧ ਵਿੱਚ ਕਿਸੇ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤੀ ਹੈਗੀ। ਇਸ ਗੱਲ ਕਰਕੇ ਲੋਕਾਂ ਦੇ ਵਿੱਚ, ਮਹਿਲਾਵਾਂ ਦੇ ਵਿੱਚ, ਔਰਤਾਂ ਦੇ ਵਿੱਚ ਕਾਫੀ ਜ਼ਿਆਦਾ ਨਿਰਾਸ਼ਾ ਹੈ ਕਿ ਜਿਹੜੀ ਪਾਰਟੀ ਇਹ ਕਹਿੰਦੀ ਆ ਰਹੀ ਸੀਗੀ ਕਿ ਅਸੀਂ ਦੇਸ਼ ਨੂੰ ਬਦਲਾਓ ਦੇਵਾਂਗੇ, ਉਹਨਾਂ ਨੇ ਔਰਤਾਂ ਨੂੰ ਬਿਲਕੁਲ ਅਣਗੌਲਿਆ ਕਰ ਦਿੱਤਾ ਹੈ। ਇਸ ਸੰਬੰਧ ਵਿੱਚ ਖਾਸ ਤੌਰ 'ਤੇ ਆਪਾਂ ਇੱਕ ਰਿਪੋਰਟ ਤਿਆਰ ਕੀਤੀ ਹੈ ਅਤੇ 2014 ਵਿੱਚ ਕਿੰਨੀਆਂ ਮਹਿਲਾਵਾਂ ਸੀਗੀਆਂ, 19 'ਚ ਕਿੰਨੀਆਂ ਸੀਗੀਆਂ, ਅਤੇ ਹੁਣ ਤੱਕ ਹਿੰਦੁਸਤਾਨ ਦੇ ਵਿੱਚ ਪੰਜਾਬ ਦੀਆਂ ਕਿਹੜੀ ਕਿਹੜੀਆਂ ਔਰਤਾਂ ਕੇਂਦਰ ਸਰਕਾਰ ਦੇ ਵਿੱਚ ਗਈਆਂ ਨੇ, ਕਿਹੜੀ ਕਿਹੜੀ ਮੰਤਰੀ ਬਣੀਆਂ ਨੇ, ਇਹ ਰਿਪੋਰਟ ਜ਼ਰਾ ਤੁਸੀਂ ਦੇਖੋ। ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਤਸਵੀਰ ਹੌਲੀ ਹੌਲੀ ਸਾਫ਼ ਹੁੰਦੀ ਜਾ ਰਹੀ ਹੈ। ਪ੍ਰਮੁੱਖ ਪਾਰਟੀਆਂ ਵਿੱਚੋਂ ਕੁਝ ਨੇ ਆਪਣੇ ਪੂਰੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਨੇ, ਜਦੋਂ ਕਿ ਕੁਝ ਨੇ ਹਲੇ ਉਤਾਰਨੇ। ਪਰ ਮਹਿਲਾਵਾਂ ਨੂੰ ਇੱਕ ਵਾਰ ਫਿਰ ਅਣਗੌਲਿਆ ਕੀਤਾ ਗਿਆ। ਸਿਰਫ ਭਾਰਤੀ ਜਨਤਾ ਪਾਰਟੀ ਨੇ ਤਿੰਨ ਔਰਤਾਂ, ਪਰਨੀਤ ਕੌਰ, ਪਰਮਪਾਲ ਕੌਰ ਤੇ ਅਨੀਤਾ ਸੋਮ ਪ੍ਰਕਾਸ਼ ਨੂੰ ਮੌਕਾ ਦਿੱਤਾ, ਜਦੋਂ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਤਾਂ ਕਿਸੇ ਵੀ ਔਰਤ ਨੂੰ ਇੰਨਾ ਸਮਰਥ ਨਹੀਂ ਸਮਝਿਆ ਕਿ ਉਸਨੂੰ ਲੋਕ ਸਭਾ ਦੀ ਸੀਟ ਲੜਾਈ ਜਾ ਸਕੇ। ਕਾਂਗਰਸ ਨੇ ਦੋ ਔਰਤਾਂ, ਅਮਰਜੀਤ ਕੌਰ ਸਾਹੋਕੇ ਤੇ ਵਾਮਨੀ ਗੌਮਰ ਨੂੰ ਸਿਆਸੀ ਪਿੜ ਵਿੱਚ ਭੇਜਿਆ, ਤੇ ਅਕਾਲੀ ਦਲ ਨੇ ਹਰਸਿਮਰਤ ਕੌਰ ਬਾਦਲ ਨੂੰ ਇੱਕ ਵਾਰ ਫਿਰ ਬਠਿੰਡਾ ਲੋਕ ਸਭਾ ਹਲਕੇ ਤੋਂ ਖੜਾਇਆ। ਹਾਲਾਂਕਿ ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਸਿਆਸੀ ਪਾਰਟੀਆਂ ਨੇ ਮਹਿਲਾਵਾਂ ਪ੍ਰਤੀ ਕੁਝ ਮਾਣ ਸਤਿਕਾਰ ਦਿਖਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ, ਪਰ 2014 ਵਿੱਚ ਵੀ ਪੰਜਾਬ ਵਿੱਚ ਸਿਰਫ 4 ਔਰਤਾਂ ਨੂੰ ਹੀ ਸਿਆਸੀ ਪਾਰਟੀਆਂ ਨੇ ਟਿਕਟ ਦਿੱਤੀ ਸੀ, ਜਿਨ੍ਹਾਂ ਵਿੱਚੋਂ 3 ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2019 ਵਿੱਚ 5 ਔਰਤਾਂ ਲੋਕ ਸਭਾ ਦੇ ਮੈਦਾਨ 'ਚ ਉਤਰੀਆਂ ਸਨ, ਉਹਨਾਂ ਵਿੱਚੋਂ 2 ਜਿੱਤੀਆਂ ਸਨ। ਇਸ ਸਮੇਂ ਪੰਜਾਬ ਵਿੱਚ ਔਰਤ ਵੋਟਰਾਂ ਦੀ ਗਿਣਤੀ 1 ਕਰੋੜ ਤੋਂ ਜ਼ਿਆਦਾ ਹੋ ਚੁੱਕੀ ਹੈ। 2019 ਦੇ ਮੁਕਾਬਲੇ ਵਿੱਚ ਇਸ ਵਾਰ 47,000 ਹੋਰ ਮਹਿਲਾ ਵੋਟਰ ਵਧੀ। 2019 ਵਿੱਚ ਔਰਤ ਵੋਟਰਾਂ ਦੀ ਗਿਣਤੀ 98,29,000 ਸੀ। ਬੇਸ਼ੱਕ ਸਿਆਸੀ ਪਾਰਟੀਆਂ ਲੋਕ ਸਭਾ, ਵਿਧਾਨ ਸਭਾ, ਨਗਰ ਪਾਲਿਕਾ ਜਾਂ ਪੰਚਾਇਤੀ ਚੋਣਾਂ ਵਿੱਚ ਔਰਤਾਂ ਨਾਲ ਪੂਰਾ ਇਨਸਾਫ਼ ਨਹੀਂ ਕੀਤਾ, ਪਰ ਕੁਝ ਔਰਤਾਂ ਨੇ ਪੰਜਾਬ ਵਿੱਚ ਮਿਸਾਲ ਵੀ ਪੈਦਾ ਕੀਤੀ ਅਤੇ ਉਹਨਾਂ ਨੇ ਲਗਾਤਾਰ ਕੇਂਦਰ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕੀਤੀ। ਉਹਨਾਂ ਵਿੱਚ ਸੁਖਬੰਸ ਕੌਰ ਭਿੰਡਰ ਦਾ ਨਾਮ ਪ੍ਰਮੁੱਖਤਾ ਨਾਲ ਲਿਆ ਜਾ ਸਕਦਾ ਹੈ। ਉਹ ਉਲਟ ਪ੍ਰਸਥਿਤੀਆਂ ਵਿੱਚ 5 ਵਾਰ ਲੋਕ ਸਭਾ ਚੋਣ ਜਿੱਤੇ ਅਤੇ ਕੇਂਦਰ ਵਿੱਚ ਮੰਤਰੀ ਵੀ ਰਹੇ। ਉਹਨਾਂ ਦੀ 5 ਵਾਰ ਦੀ ਜਿੱਤ ਦਾ ਰਿਕਾਰਡ ਹਾਲੇ ਤੱਕ ਕੋਈ ਹੋਰ ਔਰਤ ਸਿਆਸਤਦਾਨ ਨਹੀਂ ਤੋੜ ਸਕੀ। ਇਸੇ ਪ੍ਰਕਾਰ ਪਰਨੀਤ ਕੌਰ, ਜੋ ਕਿ ਪਟਿਆਲਾ ਤੋਂ ਚੋਣ ਲੜਦੇ ਰਹੇ ਨੇ, 3 ਵਾਰ ਮੈਂਬਰ ਪਾਰਲੀਮੈਂਟ ਬਣੇ ਨੇ, 1 ਵਾਰ ਉਹ ਮਨਮੋਹਨ ਸਿੰਘ ਸਰਕਾਰ ਵਿੱਚ ਮੰਤਰੀ ਵੀ ਬਣੇ। ਕਾਂਗਰਸ ਦੇ ਪ੍ਰਮੁੱਖ ਲੀਡਰ ਸੰਤੋਸ਼ ਚੌਧਰੀ ਵੀ 3 ਵਾਰ ਹੁਸ਼ਿਆਰਪੁਰ ਤੋਂ ਚੋਣ ਜਿੱਤੇ ਅਤੇ 2013 ਵਿੱਚ ਮੰਤਰੀ ਵੀ ਬਣੇ। ਹਰਸਿਮਰਤ ਕੌਰ ਬਾਦਲ ਵੀ 2009 ਤੋਂ ਲਗਾਤਾਰ 3 ਵਾਰ ਬਠਿੰਡਾ ਸੀਟ ਤੋਂ ਚੋਣ ਜਿੱਤਦੇ ਆ ਰਹੇ ਨੇ ਅਤੇ ਉਹ ਵੀ ਕੇਂਦਰ ਵਿੱਚ ਮੰਤਰੀ ਰਹੇ ਨੇ। ਕਾਂਗਰਸ ਦੇ ਲੀਡਰ ਅੰਬਿਕਾ ਸੋਨੀ ਪੰਜਾਬ ਤੋਂ 1976 ਵਿੱਚ ਪਹਿਲੀ ਵਾਰ ਰਾਜ ਸਭਾ ਵਿੱਚ ਚੁਣੇ ਗਏ ਸਨ। ਉਸ ਤੋਂ ਬਾਅਦ ਵੀ ਉਹ 2000, 2004 ਅਤੇ 2010 ਵਿੱਚ ਰਾਜ ਸਭਾ ਲਈ ਚੁਣੇ ਜਾਂਦੇ ਰਹੇ ਨੇ। ਉਹ ਵੀ ਮਨਮੋਹਨ ਸਿੰਘ ਕੈਬਨਿਟ ਵਿੱਚ ਮੰਤਰੀ ਰਹੇ। ਦਿਲਚਸਪ ਗੱਲ ਤਾਂ ਇਹ ਹੈ ਕਿ 2014 ਵਿੱਚ ਉਹ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਲਈ ਉਤਾਰੇ ਗਏ, ਪਰ ਹਾਰ ਗਏ।
ਸਰਕਾਰਾਂ ਜਾਂ ਸਿਆਸੀ ਪਾਰਟੀਆਂ ਅਕਸਰ ਇਹ ਦਾਅਵਾ ਕਰਦੀਆਂ ਨੇ ਕਿ ਔਰਤਾਂ ਲਈ ਬਹੁਤ ਕੁਝ ਕਰ ਰਹੀਆਂ ਨੇ, ਪਰ ਜਦੋਂ ਹਕੀਕਤ ਦੇਖੀ ਜਾਂਦੀ ਹੈ ਤਾਂ ਇਹਨਾਂ ਮਹਿਲਾਵਾਂ ਨਾਲ ਨਾ ਇਨਸਾਫੀ ਵੀ ਹੁੰਦੀ ਨਜ਼ਰ ਆਉਂਦੀ। ਤੁਸੀਂ ਇਹ ਰਿਪੋਰਟ ਦੇਖੀ। ਇਸ ਸੰਬੰਧ ਵਿੱਚ ਸਾਡੀ ਸਟਾਫ ਰਿਪੋਰਟਰ ਹਰਦੀਪ ਕੌਰ ਵਿਰਕ, ਉਹਨਾਂ ਨੇ ਪਿਛਲੇ ਸਮੇਂ ਇੱਕ ਲੇਖ ਵੀ ਛਾਪਿਆ ਸੀਗਾ ਕਿ ਪੰਜਾਬ ਦੇ ਵਿੱਚ ਮਹਿਲਾਵਾਂ ਨੂੰ, ਔਰਤਾਂ ਨੂੰ ਪੂਰੀ ਪ੍ਰਤੀਨਿਧਤਾ ਇਹਨਾਂ ਲੋਕ ਸਭਾ ਚੋਣਾਂ ਵਿੱਚ ਨਹੀਂ ਦਿੱਤੀ ਹੈ, ਅਤੇ ਇਸ ਸੰਬੰਧ ਵਿੱਚ ਉਹਨਾਂ ਨਾਲ ਮੁਲਾਕਾਤ ਹੋਈ। ਸੁਣੋ ਉਹ ਮੁਲਾਕਾਤ। ਸਾਡੇ ਪੱਤਰਕਾਰ ਹਰਦੀਪ ਕੌਰ ਵਿਰਕ, ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਦਰਸ਼ਨ ਸਰ। ਇਹ ਤੁਸੀਂ ਜਿਹੜਾ ਲੇਖ ਲਿਖਿਆ ਉਹਦੇ ਵਿੱਚ ਖਾਸ ਤੌਰ ਤੇ ਇਹ ਗੱਲ ਕਹੀ ਹੈ ਕਿ ਮਹਿਲਾਵਾਂ ਨੂੰ ਪੂਰੀ ਤਰੀਕੇ ਦੇ ਨਾਲ ਪ੍ਰਤੀਨਿਧਤਾ ਨਹੀਂ ਦਿੱਤੀ ਗਈ ਹੈ, ਤੇ ਉਹਦੇ ਵਿੱਚ ਕੀ ਕੁਛ ਦੱਸਿਆ ਤੁਸੀਂ? ਤੁਸੀਂ ਦੇਖੋ ਦਰਸ਼ਨ ਜੀ ਕਿ ਅਸੀਂ 1947 ਸਮੇਂ ਤੋਂ ਚੱਲਦੇ ਹਾਂ, ਪਿੱਛੇ ਵੱਲ ਨੂੰ ਚੱਲਦੇ ਹਾਂ। ਅਸੀਂ ਪਿਛਲੇ ਸਮੇਂ ਦੀ ਗੱਲ ਕਰੀਏ ਕਿ 1947 ਦੇ ਵਿੱਚ ਸਾਡਾ ਦੇਸ਼ ਆਜ਼ਾਦ ਹੁੰਦਾ ਹੈ, ਤੇ ਜਦੋਂ ਅਸੀਂ ਪੰਜਾਬ ਦੀ ਗੱਲ ਕਰੀਏ 1951 ਦੇ ਵਿੱਚ ਦੌਰ ਜਾਂਦਾ ਲੋਕ ਸਭਾ ਚੋਣਾਂ ਦਾ ਇੱਥੇ ਪੰਜਾਬ ਤੋਂ ਜੀ, ਤੇ ਇਹਦੇ ਵਿੱਚ ਤੁਸੀਂ ਦੇਖੋ ਉਦੋਂ ਤੋਂ ਲੈ ਕੇ ਹੁਣ ਤੱਕ ਸਿਰਫ ਤੇ ਸਿਰਫ 11 ਔਰਤਾਂ ਲੋਕ ਸਭਾ ਸਦਨ ਦੇ ਵਿੱਚ ਪਹੁੰਚੀਆਂ ਨੇ ਜੀ। ਜਿਹੜੀਆਂ ਪਾਰਟੀਆਂ ਦਾਅਵਾ ਤੇ ਵਾਅਦਾ ਕਰਦੀਆਂ ਨੇ ਕਿ ਅਸੀਂ 33% ਭਾਗੀਦਾਰੀ ਔਰਤਾਂ ਨੂੰ ਜਿਹੜਾ ਦੇ ਰਹੇ ਹਾਂ, ਤੇ ਜਿਹੜੇ ਅੰਕੜੇ ਨੇ ਸਿੱਧੇ ਤੌਰ ਤੇ ਸਾਰੀਆਂ ਹੀ ਪਾਰਟੀਆਂ ਦੇ ਪੋਲ ਖੋਲਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਜੀ। ਦੇਖੋ ਤੁਸੀਂ ਹੁਣ ਦੀਆਂ ਲੋਕ ਸਭਾ ਚੋਣਾਂ ਦੀ ਅਸੀਂ ਗੱਲ ਕਰ ਲਈਏ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਦੇਖੋ ਕਿ ਸਿਰਫ ਤੇ ਸਿਰਫ 6 ਕੈਂਡੀਡੇਟ ਮਹਿਲਾ ਉਮੀਦਵਾਰ ਨੇ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਨੇ, ਜਿਹਨਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ 3 ਨੇ, ਜਿਹਨਾਂ ਦੇ ਵਿੱਚ ਅਸੀਂ ਗੱਲ ਕਰ ਲਈਏ ਬੀਬੀ ਪਰਮਪਾਲ ਕੌਰ ਨੇ, ਅਨੀਤਾ ਸੋਮ ਪ੍ਰਕਾਸ਼ ਨੇ, ਤੇ ਨਾਲ ਦੀ ਨਾਲ ਅਸੀਂ ਇੱਕ ਹੋਰ ਕੈਂਡੀਡੇਟ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਨੇ। ਉਦੋਂ ਕਾਂਗਰਸ ਦੀ ਅਸੀਂ ਗੱਲ ਕਰ ਲਈਏ ਜਮਨੀ ਗੋਮਰ ਨੇ, ਤੇ ਨਾਲ ਦੀ ਨਾਲ ਅਮਰਜੀਤ ਕੌਰ ਸਾਹੂਕੇ ਇਹ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਸੀਂ ਗੱਲ ਕਰ ਲਈਏ ਬੀਬੀ ਹਰਸਿਮਰਤ ਕੌਰ ਬਾਦਲ ਨੇ, ਸਿਰਫ ਤੇ ਸਿਰਫ 6। ਇਸੇ ਤਰੀਕੇ ਤੁਸੀਂ ਕੰਪੈਰੀਜ਼ਨ ਕਰਕੇ ਦੇਖ ਲਓ ਦਰਸ਼ਨ ਜੀ ਕਿ ਪੁਰਸ਼ਾਂ ਦਾ ਜਿਹੜਾ ਹੈਗਾ ਅੰਕੜਾ ਉਹ ਕਿੰਨੇ ਨੂੰ ਪਾਰ ਕਰ ਜਾਂਦਾ, ਉਹ ਸੈਂਕੜਿਆਂ ਨੂੰ ਪਾਰ ਕਰ ਰਿਹਾ, ਤੇ ਮਹਿਲਾਵਾਂ ਸਿਰਫ 6 ਉਮੀਦਵਾਰ। ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਰਕ ਜੀ ਇਸ ਗੱਲ ਨੂੰ ਆਪਾਂ ਦੇਖੋ ਇਸ ਤਰੀਕੇ ਨਾਲ ਵੀ ਕਹਿ ਸਕਦੇ ਹਾਂ ਕਿ ਇਸ ਸਮੇਂ ਪੰਜਾਬ ਦੇ ਵਿੱਚ 1 ਕਰੋੜ ਜਿਹੜੀ ਹੈਗੇ ਮਹਿਲਾ ਵੋਟਰ ਬਣ ਚੁੱਕੀਆਂ ਨੇ, ਤੇ ਪਿਛਲੀਆਂ 5 ਸਾਲਾਂ ਦੇ ਨਾਲੋਂ 38,000 ਜਿਹੜੀ ਵੋਟਰਾਂ ਵੱਧ ਚੁੱਕੇ ਨੇ, ਪਰ ਮਹਿਲਾਵਾਂ ਨੂੰ ਬਹੁਤ ਹੀ ਘੱਟ ਪ੍ਰਤੀਨਿਧਤਾ ਦਿੱਤੀ ਜਾ ਰਹੀ ਹੈ। ਬਿਲਕੁਲ ਜੀ ਦਰਸ਼ਨ ਜੀ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਕਿ ਦੇਖੋ ਤੁਸੀਂ ਮੈਂ ਗੱਲ ਕਰਦੀ ਹਾਂ ਲਗਭਗ ਇੱਕ ਤਰੀਕੇ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਅੱਧੀ ਆਬਾਦੀ ਵਾਲੀਆਂ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਇਹਨਾਂ ਲੋਕ ਸਭਾ ਚੋਣਾਂ ਵਿੱਚ ਹੀ ਨੀ, ਪਿਛਲੀਆਂ ਵੀ ਅਸੀਂ ਗੱਲ ਕਰ ਲਈਏ ਜਿਹੜੀਆਂ ਪਿਛਲੀਆਂ ਸਾਰੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਵੀ ਕਿੰਨੀਆਂ ਪਾਰਟੀਆਂ ਦੇ ਵੱਲੋਂ ਔਰਤਾਂ ਨੂੰ ਜਿਹੜੀ ਪ੍ਰਤੀਨਿਧਤਾ ਦਿੱਤੀ ਗਈ, ਬਹੁਤ ਸਾਰੀਆਂ ਪਾਰਟੀਆਂ ਦੇ ਵਿੱਚ ਉਸ ਸਮੇਂ ਦੇ ਦੌਰਾਨ ਜਿਹੜੀ ਹੈਗੀ ਬਗਾਵਤ ਦੇ ਸੁਰ ਵੀ ਉੱਠੇ, ਲੇਕਿਨ ਉਹ ਬਗਾਵਤ ਦੇ ਸੁਰ ਜਿਹੜੇ ਕੁਝ ਸਮੇਂ ਦੇ ਲਈ ਤੁਸੀਂ ਕਹਿ ਸਕਦੇ ਹੋ ਕਿ 1-2 ਦਿਨ ਦੇ ਲਈ ਉੱਠੇ, ਲੇਕਿਨ ਬਾਅਦ ਦੇ ਵਿੱਚ ਉਹ ਫੇਰ ਜਿਹੜੇ ਨੇ ਥੰਮ ਉਹਨਾਂ ਨੂੰ ਖਤਮ ਹੋ ਜਾਂਦੇ ਨੇ। ਮਤਲਬ ਉਸ ਤਰੀਕੇ ਦੇ ਨਾਲ ਔਰਤਾਂ ਅੱਗੇ ਆਉਂਦੀਆਂ ਹੀ ਨਹੀਂ। ਮੈਂ ਤਾਂ ਇਹ ਨਾਲ ਜ਼ਿਕਰ ਕੀਤਾ ਕਿ 11 ਔਰਤਾਂ ਹੁਣ ਤੱਕ ਜਿਹੜੀਆਂ ਪਹੁੰਚੀਆਂ ਨੇ, 6 ਜਿਹੜੀਆਂ ਹੁਣ ਜਾ ਰਹੀਆਂ ਨੇ, ਇਹਨਾਂ 6 ਦੇ ਵਿੱਚੋਂ ਵੀ ਕਿੰਨਾ ਨੇ ਜਿੱਤਣਾ ਕਿੰਨਾ ਨੇ ਨਹੀਂ ਜਿੱਤਣਾ, ਇਹ ਸਾਰੀਆਂ ਚੀਜ਼ਾਂ ਨੇ ਭਵਿੱਖ ਦੇ ਗਰਭ ਵਿੱਚ ਨੇ। ਜੇਕਰ ਕੋਈ ਆਜ਼ਾਦ ਉਮੀਦਵਾਰ ਦੇ ਤੌਰ ਤੇ ਔਰਤਾਂ ਅੱਗੇ ਜਾਂਦੀਆਂ ਨੇ ਤੇ ਲਗਭਗ ਤੁਸੀਂ ਲੈ ਲਓ ਕਿ ਜ਼ਿਆਦਾ ਤੋਂ ਜ਼ਿਆਦਾ ਅਸੀਂ ਗੱਲ ਕਰ ਲਈਏ 15-12 ਦਾ ਜਿਹੜਾ ਇਹ ਅੰਕੜਾ ਹੋ ਜਾਏਗਾ। ਲੇਕਿਨ ਇੱਕ ਪਾਸੇ ਪੁਰਸ਼ਾਂ ਦਾ ਅੰਕੜਾ ਜੇਕਰ ਅਸੀਂ ਗੱਲ ਕਰੀਏ ਤਾਂ ਸੈਂਕੜਿਆਂ ਨੂੰ ਪਾਰ ਕਰਦਾ, ਲੇਕਿਨ ਔਰਤਾਂ ਦੀ ਗੱਲ ਕਰੀਏ ਤੇ ਇਸ ਤਰੀਕੇ ਦੇ ਨਾਲ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਦਰਸ਼ਨ ਜੀ ਕਾਰਨ ਵੱਡੇ ਕਾਰਨ ਕੀ ਨੇ, ਲੱਭਣੇ ਬੜੇ ਲੋੜੀਂਦੇ ਨੇ। ਸਭ ਤੋਂ ਪਹਿਲੀ ਗੱਲ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਬਦਲਾਵ ਦਾ ਨਾਰਾ ਦੇ ਕੇ ਆਈ,
ਜਦੋਂ ਇੱਥੇ ਵਿਧਾਨ ਸਭਾ ਦੀ ਜਿਹੜੀ ਇਲੈਕਸ਼ਨ ਹੋਈ, ਵਿਧਾਨ ਸਭਾ ਦੀ ਇਲੈਕਸ਼ਨ ਤੋਂ ਬਾਅਦ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬਣਦੇ ਨੇ ਤਾਂ ਉਸ ਸਮੇਂ ਚਰਚਾ ਬਹੁਤ ਸਾਰੇ ਨਾਵਾਂ ਤੇ, ਜਿਨ੍ਹਾਂ ਦੇ ਵਿੱਚ ਔਰਤਾਂ ਦਾ ਨਾਮ ਵੀ ਸ਼ਾਮਿਲ ਸੀ ਕਿ ਉਹਨਾਂ ਨੂੰ ਪ੍ਰਤੀਨਿਧਤਾ ਦਿੱਤੀ ਜਾਵੇਗੀ, ਉਹਨਾਂ ਨੂੰ ਕਿਤੇ ਨਾ ਕਿਤੇ ਮੰਤਰੀ ਬਣਾਇਆ ਜਾਵੇਗਾ। ਲੇਕਿਨ ਕੈਬਨਿਟ ਮੰਤਰੀ ਬਣਾਉਣ ਦੀ ਗੱਲ ਬੜੀ ਦੂਰ ਤੱਕ ਚਲੀ ਗਈ। 13 ਦੇ ਵਿੱਚੋਂ ਹੁਣ ਤੁਸੀਂ ਦੇਖੋ, ਮਾਫ ਕਰਨਾ ਕਿ ਜਿਹੜੀਆਂ ਇਹ ਜਿੰਨੇ ਵੀ ਇਹ MLAs ਬਣੇ ਨੇ ਤੇ ਉਹਨਾਂ ਦੇ ਵਿੱਚੋਂ ਸਿਰਫ ਤੇ ਸਿਰਫ ਇੱਕ ਔਰਤ ਨੂੰ ਜਿਹੜਾ ਹੈਗਾ, ਦੋ ਔਰਤਾਂ ਨੂੰ, ਇੱਕ ਡਾਕਟਰ ਬਲਜੀਤ ਕੌਰ ਹੋ ਗਏ, ਇੱਕ ਅਨਮੋਲ ਗਗਨਮਾਨ ਹੋ ਗਏ, ਇਹਨਾਂ ਨੂੰ ਜਿਹੜਾ ਅੱਗੇ ਲਿਆਂਦਾ ਗਿਆ, ਜ਼ਿਆਦਾ ਪੁਰਸ਼ ਹੀ ਅੱਗੇ ਆਏ। ਫਿਰ ਹੁਣ ਜਦੋਂ ਲੋਕ ਸਭਾ ਦੀਆਂ ਚੋਣਾਂ ਨੇ ਤੇ ਵੱਡਾ ਵੱਡਾ ਬਿਗ ਜ਼ੀਰੋ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਹੈਗਾ ਔਰਤਾਂ ਨੂੰ ਦਿੱਤਾ ਗਿਆ ਹੈਗਾ। ਇੱਕ ਪਾਸੇ ਆਮ ਆਦਮੀ ਪਾਰਟੀ ਨਾਰਾ ਲੈ ਕੇ ਆਉਂਦੀ ਹੈ ਕਿ ਅਸੀਂ ਬਦਲਾਵ ਲੈ ਕੇ ਆਏ ਹਾਂ, ਔਰਤਾਂ ਨੂੰ 33% ਦੀ ਭਾਗੀਦਾਰੀ ਦਿੱਤੀ ਜਾਵੇਗੀ, ਔਰਤਾਂ ਦੇ ਨਾਲ ਵਾਅਦਾ ਕੀਤਾ ਗਿਆ ਕਿ ਉਹਨਾਂ ਨੂੰ 1-1,000 ਰੁਪਏ ਦਿੱਤੇ ਜਾਣਗੇ। ਮੈਂ ਕਹਿੰਦੀ ਹਾਂ ਜੀ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਾਡੇ ਬੜੇ ਹੀ ਸਤਿਕਾਰਯੋਗ ਨੇ ਕਿ 1,000 ਰੁਪਏ, ਮੈਨੂੰ ਨਹੀਂ ਲੱਗਦਾ ਕਿ ਔਰਤਾਂ ਨੂੰ ਚਾਹੀਦਾ ਹੈ। ਔਰਤਾਂ ਨੂੰ ਜੇਕਰ ਦੇਣਾ ਹੈ ਤਾਂ ਵਾਕਈ ਉਹਨਾਂ ਦੀ ਜਿਹੜੀ ਬਰਾਬਰੀ ਦਾ ਉਹਨਾਂ ਦਾ ਜਿਹੜਾ ਹੱਕ ਆ ਤੁਸੀਂ ਉਹ ਦਿਓ ਉਹਨਾਂ ਨੂੰ, ਉਹ ਜਿਹੜੇ ਸਿੱਖਿਆ ਦਾ ਉਹਨਾਂ ਦਾ ਅਧਿਕਾਰਾਂ ਨੂੰ ਉਸ ਤਰੀਕੇ ਦੇ ਨਾਲ ਸਿੱਖਿਆ ਮਿਲੇ, ਉਹਨਾਂ ਨੂੰ ਬਰਾਬਰ ਭਾਗੀਦਾਰੀ ਮਿਲੇ, ਇਹ ਚੀਜ਼ਾਂ ਚਾਹੀਦੀਆਂ ਨੇ। ਹੁਣ ਅਸੀਂ ਗੱਲ ਕਰਦੇ ਹਾਂ ਜੀ ਕਾਂਗਰਸ ਦੀ। ਕਾਂਗਰਸ ਦਾ ਤੁਸੀਂ ਦੇਖੋ ਕਿ ਕਾਂਗਰਸ ਨੇ ਇੱਕ ਸਮੇਂ ਦੇ ਵਿੱਚ ਨਾਰਾ ਦਿੱਤਾ ਲੜਕੀ ਹੂੰ ਲੜ ਸਕਤੀ ਹੂੰ, ਪਰ ਜਦੋਂ ਪਿਛਲੀਆਂ ਵਿਧਾਨ ਸਭਾ ਦੀਆਂ ਜਿਹੜੀਆਂ ਇਲੈਕਸ਼ਨ ਹੋਈਆਂ ਤੇ ਉਸ ਸਮੇਂ ਦੇ ਵਿੱਚ ਇਹਨਾਂ ਦੀ ਜਿਹੜੀ ਪ੍ਰਧਾਨ ਸੀ ਮੈਡਮ ਰਾਣੀ ਸੋਢੀ, ਉਹਨਾਂ ਦੀ ਇਹ ਟਿਕਟ ਕੱਟ ਦਿੱਤੀ ਗਈ ਤੇ ਹੋਰ ਬਹੁਤ ਸਾਰੀਆਂ ਮਹਿਲਾਵਾਂ ਦੀਆਂ ਜਿਹੜੀਆਂ ਟਿਕਟਾਂ ਕੱਟੀਆਂ ਗਈਆਂ, ਉਹਨਾਂ ਨੂੰ ਅੱਗੇ ਨਹੀਂ ਲਿਆਂਦਾ ਗਿਆ। ਰੋਸ ਉਸ ਸਮੇਂ ਉਹਨਾਂ ਨੇ ਕੀਤਾ, ਲੇਕਿਨ ਉਸ ਰੋਸ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਲੜਕੀ ਹੂੰ ਲੜ ਸਕਤੀ ਹੂੰ ਤੁਸੀਂ ਨਾਰਾ ਦੇ ਰਹੇ ਹੋ, ਲੇਕਿਨ ਆਪ ਹੀ ਔਰਤਾਂ ਨੂੰ ਪਿੱਛੇ ਕਰ ਰਹੇ ਹੋ, ਪਛਾਣ ਵੱਲ ਨੂੰ ਸੁੱਟ ਰਹੇ ਹੋ, ਉਹਨਾਂ ਨੂੰ ਉਸ ਤਰੀਕੇ ਦੇ ਨਾਲ ਅੱਗੇ ਆਉਣ ਹੀ ਨਹੀਂ ਦਿੱਤਾ ਜਾ ਰਿਹਾ। ਨਾਲ ਆ ਜਾਂਦੇ ਸੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵੱਲ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਦੇਖੋ ਕਿ ਤੁਸੀਂ ਨੰਨੀ ਸ਼ਾਂ ਦਾ ਮੈਡਮ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਹਮੇਸ਼ਾ ਜਿਹੜਾ ਹੈਗਾ ਗੱਲ ਕੀਤੀ ਆ, ਕਹਿੰਦੇ ਕਿ ਨੰਨੀ ਚਾਂ ਇਹ ਅਸੀਂ ਲੜਕੀਆਂ ਦੇ ਲਈ ਇੰਨਾ ਕੁਝ ਕਰ ਰਹੇ ਹਾਂ, ਆਹ ਕੰਮ ਕਰ ਰਹੇ ਹਾਂ, ਇਹ ਸਾਰੀਆਂ ਚੀਜ਼ਾਂ ਠੀਕ ਹੈ। ਫਿਰ ਕੀ ਜਦੋਂ ਹਰਸਿਮਰਤ ਕੌਰ ਬਾਦਲ ਪਾਰਟੀ ਪ੍ਰਧਾਨ ਦੇ ਧਰਮ ਪਤਨੀ ਨੇ, ਸਿਨਿਓਰਟੀ ਵਾਈਜ਼ ਵੀ ਉਹਨਾਂ ਦਾ ਇੱਕ ਵੱਡਾ ਉਹ ਆ, 3 ਵਾਰ ਜਿਹੜਾ ਹੈਗਾ ਮੈਂਬਰ ਪਾਰਲੀਮੈਂਟ ਆਪ ਬਣ ਚੁੱਕੇ ਨੇ, ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਹੋਰ ਕਿਸੇ ਜਾਂ ਦੋ ਹੋਰ ਮਹਿਲਾਵਾਂ ਨੂੰ ਜਿਹੜਾ ਹੈਗਾ ਟਿਕਟ ਨਹੀਂ ਸੀ ਦਿੱਤੀ ਜਾ ਸਕਦੀ। ਮੇਰੀ ਕੱਲ ਇੱਕ ਇੰਟਰਵਿਊ ਕੀਤੀ ਇੱਥੇ ਇਹਨਾਂ ਦੇ ਹਲਕਾ ਇੰਚਾਰਜ ਮੋਹਾਲੀ ਤੋਂ ਪਰਮਿੰਦਰ ਸਿੰਘ ਸੁਹਾਣਾ ਹੋਈ, ਸਟੂਡੀਓ ਵਿੱਚ ਆਪਣੇ ਪਹੁੰਚੇ, ਉਹਨਾਂ ਦੇ ਨਾਲ ਗੱਲਬਾਤ ਕੀਤੀ, ਤਾਂ ਉਹਨਾਂ ਦਾ ਕਹਿਣਾ ਸੀਗਾ ਕਹਿੰਦੇ ਕਿ ਕਿਸੇ ਵੀ ਔਰਤਾਂ ਨੇ ਜਿਹੜਾ ਹੈਗਾ ਲੋਕ ਸਭਾ ਦੀਆਂ ਚੋਣਾਂ ਦੇ ਲਈ ਜਿਹੜੀ ਹੈਗੀ ਸਾਡੇ ਕੋਲ ਜਿਹੜਾ ਐਪਲੀਕੇਸ਼ਨ ਜਿਹੜੀ ਭਰੀ ਹੀ ਨਹੀਂ, ਉਹਨਾਂ ਨੇ ਕਿਹਾ ਹੀ ਨਹੀਂ ਕਿ ਸਾਨੂੰ ਟਿਕਟ ਦਿੱਤੀ ਜਾਵੇ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਅਜਿਹਾ ਨਹੀਂ ਹੋ ਸਕਦਾ, ਬਹੁਤ ਸਾਰੀਆਂ ਔਰਤਾਂ ਐਸੀਆਂ ਹੋਣਗੀਆਂ ਜਿਨ੍ਹਾਂ ਨੇ ਕਿਤੇ ਨਾ ਕਿਤੇ ਜਿਹੜੀ ਆਪਣੀ ਐਪਲੀਕੇਸ਼ਨ ਦਿੱਤੀ ਹੋਏਗੀ। ਪਰ ਨਾਲ ਦੀ ਨਾਲ ਹੁਣ ਤੁਸੀਂ ਦੇਖ ਲਓ ਕਿ ਭਾਰਤੀ ਜਨਤਾ ਪਾਰਟੀ ਦੀ ਅਸੀਂ ਗੱਲ ਕਰ ਲਈਏ, ਭਾਰਤੀ ਜਨਤਾ ਪਾਰਟੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਹਮੇਸ਼ਾ ਹੀ ਗੱਲ ਕੀਤੀ, ਪਰ ਨਾਲ ਦੀ ਨਾਲ ਜਿਹੜੀਆਂ ਕਿੰਨੀਆਂ ਘਟਨਾਵਾਂ ਜਿਹੜੀਆਂ ਸਾਡੇ ਸਾਹਮਣੇ ਆ ਜਾਂਦੀਆਂ ਨੇ, ਚਾਹੇ ਉਹ ਸਾਡੀਆਂ ਧੀਆਂ ਬੇਟੀਆਂ ਜਿਹੜੀਆਂ ਸਾਡੀਆਂ ਜਿਹੜੀਆਂ ਭੈਣਾਂ ਪਹਿਲਵਾਨ ਭੈਣਾਂ ਜਿਹੜੀਆਂ ਦਿੱਲੀ ਦੇ ਵਿੱਚ ਜਾ ਕੇ ਜਿਹੜਾ ਹੈਗਾ ਆਪਣਾ ਧਰਨਾ ਪ੍ਰਦਰਸ਼ਨ ਕਰਦੀਆਂ ਨੇ, ਚਾਹੇ ਮਣੀਪੁਰ ਦੀਆਂ ਘਟਨਾਵਾਂ ਦਾ ਅਸੀਂ ਜ਼ਿਕਰ ਕਰ ਲਈਏ। ਵਿਰਕਲੀ ਗੱਲ ਇਹ ਹੈ ਉਹ ਠੀਕ ਹੈ ਆਪਣੀ ਜਗ੍ਹਾ ਤੇ ਉਹ ਕੁਛ ਘਟਨਾਵਾਂ ਹੋਰ ਤਰ੍ਹਾਂ ਨੇ, ਪਰ ਪੰਜਾਬ ਦੇ ਵਿੱਚ ਇਹਨਾਂ ਜਿਹੜੀ ਭਾਰਤੀ ਜਨਤਾ ਪਾਰਟੀ ਨੇ 3 ਮਹਿਲਾਵਾਂ ਨੂੰ ਟਿਕਟ ਦਿੱਤੀ ਹੈ, ਤੇ ਇਹਦੇ ਨਾਲ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਅੰਕੜਾ ਜੋੜ ਦਵਾਂ ਕਿ ਜਦੋਂ 2014 ਸੀਗੀਆਂ, 2014 ਦੇ ਵਿੱਚ 4 ਮਹਿਲਾ ਨੂੰ ਹੀ ਟਿਕਟ ਮਿਲੀ ਸੀਗੀ, ਜਿਹਨਾਂ ਵਿੱਚੋਂ 3 ਹਾਰ ਗਏ ਸੀਗੇ ਤੇ ਹਰਸਿਮਰਤ ਕੌਰ ਬਾਦਲ ਜਿੱਤੇ ਸੀਗੇ, ਤੇ 2019 ਦੇ ਵਿੱਚ 5 ਮਹਿਲਾਵਾਂ ਨੂੰ ਟਿਕਟ ਦਿੱਤੀ ਗਈ ਸੀ ਜਿਹਦੇ ਵਿੱਚ 2 ਜਿੱਤਿਆ ਸੀਗੀਆਂ, ਜਿਹਦੇ ਵਿੱਚ ਪ੍ਰਨੀਤ ਕੌਰ ਤੇ ਹਰਸਿਮਰਤ ਕੌਰ ਬਾਦਲ। ਹਾਂਜੀ ਜਾਰੀ ਕਰੋ।
ਜੀ ਬਿਲਕੁਲ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਨਾਲ ਦੀ ਨਾਲ ਮੈਂ ਉਹੀ ਗੱਲ ਕਰ ਰਹੀ ਹਾਂ ਦਰਸ਼ਨ ਜੀ, ਜੇਕਰ ਅਸੀਂ 33% ਦੇ ਰਾਖਵੀਂਕਰਨ ਦੀ ਗੱਲ ਕਰੀਏ ਤਾਂ ਇੱਥੇ ਭਾਰਤੀ ਜਨਤਾ ਪਾਰਟੀ ਵੀ ਜਿਹੜੀ ਕੇਂਦਰ ਦੇ ਵਿੱਚ ਸੱਤਾਧਾਰੀ ਆ, ਤਾਂ 33% ਦੀ ਜਿਹੜੀ ਭਾਗੇਦਾਰੀ ਰਾਖਵੀਂਕਰਨ ਦੀ ਗੱਲ ਦੇ ਉੱਤੇ ਖਰੀ ਉਹ ਵੀ ਪੂਰੀ ਨਹੀਂ ਉਤਰਦੀ। ਬੇਸ਼ਕ ਤੁਸੀਂ 3 ਮਹਿਲਾਵਾਂ ਨੂੰ ਟਿਕਟਾਂ ਦੇ ਦਿੱਤੀਆਂ, ਤੁਸੀਂ ਕੇਂਦਰ ਦੇ ਵਿੱਚ ਸੱਤਾਧਾਰੀ ਹੋ, ਤੁਹਾਡੇ ਕੋਲ ਜਿਹੜੀਆਂ ਬੜੀਆਂ ਚੀਜ਼ਾਂ ਹੈਗੀਆਂ ਨੇ ਤੁਸੀਂ ਜਿਹੜੀਆਂ ਕਰ ਸਕਦੇ ਹੋ, ਪਰ ਬੜੀ ਕਮਾਲ ਦੀ ਗੱਲ ਆ, ਤੁਸੀਂ ਆਮ ਆਦਮੀ ਪਾਰਟੀ ਦੇ ਬਾਬਤ ਤਾਂ ਤੁਸੀਂ ਦੇਖ ਲਓ ਕਿ ਇਹਨਾਂ ਨੇ ਤਾਂ ਇਸ ਤਰੀਕੇ ਦੇ ਨਾਲ ਨਜ਼ਰ ਅੰਦਾਜ਼ ਕਰ ਦਿੱਤਾ ਨਾ ਜਿਵੇਂ ਦੁੱਧ ਦੇ ਵਿੱਚੋਂ ਮੱਖੀ ਕੱਢ ਕੇ ਸੁੱਟੀ ਦੀ ਆ, ਕੋਈ ਵਾਲ ਪੈ ਗਿਆ ਉਹਨੂੰ ਕੱਢ ਕੇ ਸੁੱਟ ਦਿਓ, ਤੁਸੀਂ ਬਿਲਕੁਲ ਹੀ ਮਹਿਲਾਵਾਂ ਨੂੰ ਜਿਹੜਾ ਹੈਗਾ ਅਣਗਹਿਲੀਆਂ ਕਰ ਦਿੱਤਾ। ਤੇ ਇਸ ਤੋਂ ਇਲਾਵਾ ਵੀ ਮਤਲਬ ਜਿਵੇਂ ਹੁਣ ਆਮ ਆਦਮੀ ਪਾਰਟੀ ਹੈ, ਇਹਨਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਅਸੀਂ 1000-1000 ਰੁਪਏ ਮਹਿਲਾਵਾਂ ਨੂੰ ਦੇਵਾਂਗੇ, ਉਹ ਵੀ ਨਹੀਂ ਦਿੱਤਾ ਹੈਗਾ, ਤੇ ਇੱਥੋਂ ਇਹ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਮਹਿਲਾਵਾਂ ਪ੍ਰਤੀ ਕੀ ਵਤੀਰਾ ਰੱਖਦੀ ਹੈ। ਦਰਸ਼ਨ ਜੀ ਜਿੰਨੇ ਵੀ ਸਾਡੇ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਜੀ, ਉਹ ਆਪ ਸਮਝ ਸਕਦੇ ਨੇ ਕਿ ਦਾਅਵੇ ਤੇ ਵਾਅਦੇ ਨੋਟ ਓਨਲੀ ਫਰੋਮ ਦਾ ਆਮ ਆਦਮੀ ਪਾਰਟੀ ਸਾਈਡ, ਮੈਂ ਚਾਰਾਂ ਹੀ ਜਿਹੜੀਆਂ ਚਾਰ ਪਾਰਟੀਆਂ ਸਾਡੀਆਂ ਵੱਡੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਨੇ, ਚਾਰਾਂ ਹੀ ਪਾਰਟੀਆਂ ਦੇ ਉੱਤੇ ਤੁਸੀਂ ਜਿਹੜਾ ਇਹਨਾਂ ਦੀ ਖਬਰ ਦੀ ਤਹਿ ਤੱਕ ਜਾਓ, ਇਹ ਜਿਹੜੇ ਦਾਅਵੇ ਤੇ ਵਾਅਦੇ ਨੇ ਬਹੁਤ ਵੱਡੇ ਵੱਡੇ ਨੇ, ਲੇਕਿਨ ਜ਼ਮੀਨੀ ਹਕੀਕਤ ਕੀ ਆ? ਜ਼ਮੀਨੀ ਹਕੀਕਤ ਤੇ ਵਾਕਈ ਕੀ ਔਰਤਾਂ ਨੂੰ ਉਸ ਤਰੀਕੇ ਦੀ ਜਿਹੜੀ ਹੈਗੀ ਭਾਗੀਦਾਰੀ ਮਿਲਦੀ ਆ, ਜਾਂ ਜਿਵੇਂ ਕਹਿੰਦੇ ਨੇ ਕਿ ਸਿਆਸਤ ਦੀ ਬੜੀ ਗੰਦਲੀ ਗਈ, ਇਹਨੂੰ ਜੇ ਕਹਿੰਦੇ ਨੇ ਕਿ ਖੇਡ ਮੰਨਿਆ ਜਾਂਦਾ, ਤੇ ਇਸ ਗੰਦਲੀ ਖੇਡ ਦੇ ਚੱਲਦੇ ਹੋਏ ਜੇਕਰ ਵਾਕਈ, ਮੈਂ ਨੀ ਕਹਿੰਦੀ ਕਿ ਸਿਆਸਤ ਗੰਦਲੀ ਆ, ਲੇਕਿਨ ਜੇਕਰ ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਚਰਚਾ ਚੱਲਦੀ ਆ, ਆਮ ਲੋਕ ਇਸ ਦੇ ਪ੍ਰਤੀ ਕਹਿੰਦੇ ਨੇ ਕਿ ਸਿਆਸਤ ਗੰਦਲੀ ਆ, ਤੇ ਫਿਰ ਉਹ ਗੰਦਲੇਪਨ ਦੇ ਵਿੱਚ ਉਸ ਤਰੀਕੇ ਦੇ ਨਾਲ ਔਰਤਾਂ ਨੂੰ ਖਤਮ ਕਰਨ ਦੀ ਸਿਆਸਤ ਚੱਲਦੀ ਆ ਕਿ ਨਹੀਂ, ਉਹਨਾਂ ਨੂੰ ਅੱਗੇ ਨਹੀਂ ਆਉਂਦੇ ਨਾ, ਹਮੇਸ਼ਾ ਤੋਂ ਹੀ ਜਿਹੜਾ ਹੈਗਾ ਸਾਡਾ ਪੁਰਸ਼ ਪ੍ਰਧਾਨ ਸਮਾਜ ਆ ਤੇ ਪੁਰਸ਼ ਹੀ ਅੱਗੇ ਆਉਣਗੇ ਤੇ ਜਿਹੜੀ ਦੇਸ਼ ਦੀ ਨੁਮਾਇੰਦਗੀ ਪੁਰਸ਼ ਹੀ ਕਰ ਸਕਦੇ ਨੇ, ਔਰਤਾਂ ਨਹੀਂ ਕਰ ਸਕਦੀਆਂ। ਤੁਸੀਂ ਦੇਖੋ ਜੇਕਰ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਇੱਕ ਸਮੇਂ ਜਿਹੜੀ ਹੈਗੀ ਔਰਤ ਰਹੀ ਆ, ਅੱਜ ਰਾਸ਼ਟਰਪਤੀ ਜਿਹੜੇ ਹੈਗੇ ਨੇ ਸਾਡੇ ਉਹ ਵੀ ਇੱਕ ਔਰਤ ਨੇ, ਜੇਕਰ ਔਰਤਾਂ ਇਸ ਤਰੀਕੇ ਦੇ ਨਾਲ ਏਡੇ ਏਡੇ ਵੱਡੇ ਪਦ ਤੇ ਜਾ ਸਕਦੀਆਂ ਨੇ, ਔਰਤਾਂ ਕਰ ਕੀ ਨਹੀਂ ਸਕਦੀਆਂ? ਲੇਕਿਨ ਰਾਜਨੀਤਿਕ ਪਾਰਟੀਆਂ ਵੱਲੋਂ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਦਬਾਉਣ ਦੇ ਲਈ, ਜਾਂ ਫਿਰ ਇਸ ਤਰੀਕੇ ਦੇ ਨਾਲ ਉਹਨਾਂ ਦੀ ਨਜ਼ਰ ਅੰਦਾਜ਼ੀ ਕੀਤੀ ਜਾਂਦੀ ਆ ਕਿ ਨਹੀਂ ਮਹਿਲਾਵਾਂ ਉਨੀਆਂ ਕਾਬਿਲ ਨਹੀਂ ਆ, ਜਦਕਿ ਮਹਿਲਾਵਾਂ ਸਭ ਕੁਝ ਕਰ ਸਕਦੀਆਂ ਨੇ, ਚੰਨ ਤੇ ਜਾ ਸਕਦੀਆਂ ਨੇ, ਪ੍ਰਧਾਨ ਮੰਤਰੀ ਬਣ ਸਕਦੀਆਂ ਨੇ, ਰਾਸ਼ਟਰਪਤੀ ਬਣ ਸਕਦੀਆਂ ਨੇ। ਵਿਰਕ ਜੀ, ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਦੇ ਦਾਅਵੇ ਤੇ ਵਾਅਦੇ ਕੁਛ ਹੋਰ ਨੇ, ਜਦੋਂ ਹਕੀਕਤ ਅਸੀਂ ਦੇਖਦੇ ਹਾਂ ਉਹ ਕੁਛ ਹੋਰ ਹੈ। ਉਹ ਤਸਵੀਰ ਸਾਨੂੰ ਪੰਜਾਬ ਦੇ ਵਿੱਚ ਮਿਲ ਜਾਂਦੀ ਹੈ ਜਿੱਥੇ ਮਹਿਲਾਵਾਂ ਨੂੰ ਬਿਲਕੁਲ ਅਣਗੌਲਿਆ ਕੀਤਾ ਗਿਆ, ਪਰ ਇਹ ਸੰਘਰਸ਼ ਜਾਰੀ ਰਹੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਸ ਕਰਦੇ ਹਾਂ, ਇਹਨਾਂ ਸਿਆਸੀ ਪਾਰਟੀਆਂ ਤੋਂ ਆਸ ਕਰਦੇ ਹਾਂ ਕਿ ਚਾਹੇ ਉਹ ਪੰਚਾਇਤੀ ਚੋਣਾਂ ਹੋਣ, ਚਾਹੇ ਨਗਰ ਕੌਂਸਲ ਦੀਆਂ ਚੋਣਾਂ ਹੋਣ, ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ, ਉਹਦੇ ਵਿੱਚ ਮਹਿਲਾਵਾਂ ਨੂੰ ਪ੍ਰਤੀਨਿਧਤਾ ਪੂਰੀ ਮਿਲਣੀ ਚਾਹੀਦੀ ਹੈ। ਦਰਸ਼ਨ ਜੀ, ਤੁਸੀਂ ਇੱਕ ਪੱਖ ਹੋਰ ਮੈਂ ਆਪਣਾ ਰੱਖਣਾ ਚਾਹਾਂਗੀ, ਇੱਕ ਗੱਲ ਜ਼ਰੂਰ ਕਰਨਾ ਚਾਹਾਂਗੀ, ਖਾਸ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਰੀਆਂ ਜਿਹੜੀਆਂ ਮਹਿਲਾਵਾਂ ਨੇ ਅੱਧੀ ਆਬਾਦੀ ਵਾਲੀਆਂ ਲਗਭਗ ਜਿਹੜੀਆਂ ਮਹਿਲਾਵਾਂ ਨੇ, ਹੁਣ ਤੁਸੀਂ ਦੇਖੋ ਕਿ ਮੈਂ ਆਪਣੀਆਂ ਭੈਣਾਂ ਨੂੰ ਇੱਥੋਂ ਜ਼ਰੂਰ ਅਪੀਲ ਕਰਾਂਗੀ, ਹਾਲਾਂਕਿ ਬਤੌਰ ਪੱਤਰਕਾਰ ਮੇਰੀ ਇਹ ਜਿਹੜੀ ਗੱਲ ਕਰਨੀ ਨਹੀਂ ਬਣਦੀ, ਪਰ ਬਤੌਰ ਇੱਕ ਮਹਿਲਾ ਹੋਣ ਦੇ ਨਾਤੇ, ਪੱਤਰਕਾਰਤਾ ਨੂੰ ਇੱਕ ਪਿੱਛੇ ਰੱਖ ਕੇ ਮੈਂ ਇਹ ਗੱਲ ਜ਼ਰੂਰ ਕਰਾਂਗੀ ਕਿ ਜਿਹੜੀਆਂ 6 ਔਰਤਾਂ ਮੈਦਾਨ ਦੇ ਵਿੱਚ ਨਿਤਰੀਆਂ ਨੇ, ਇੱਕ ਵਾਰੀ ਉਹਨਾਂ ਦਾ ਜਿਹੜਾ ਹੈਗਾ ਤੁਸੀਂ ਬੈਕਗ੍ਰਾਉਂਡ ਚੈੱਕ ਕਰ ਲਿਓ, ਉਹਨਾਂ ਦੀ ਕਾਬਲੀਅਤ ਨੂੰ ਚੈੱਕ ਕਰ ਲਿਓ, ਜੇਕਰ ਤੁਹਾਨੂੰ ਲੱਗਦਾ ਹੈ ਕਿ ਵਾਕਈ ਇਹ ਔਰਤਾਂ ਜਿਹੜੀਆਂ ਬਹੁਤ ਵਧੀਆ ਤਰੀਕੇ ਨਾਲ ਸੰਸਦ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਚੁੱਕ ਸਕਦੀਆਂ ਨੇ, ਤੁਹਾਡੀ ਨੁਮਾਇੰਦਗੀ ਵਧੀਆ ਤਰੀਕੇ ਦੇ ਨਾਲ ਕਰ ਸਕਦੀਆਂ ਨੇ, ਤਾਂ ਪਹਿਲ ਪੁਰਸ਼ਾਂ ਦੇ ਮੁਕਾਬਲੇ ਉਹਨਾਂ ਔਰਤਾਂ ਨੂੰ ਜ਼ਰੂਰ ਦੇਣਾ। ਧੰਨਵਾਦ ਵਿਰਕ ਜੀ, ਹੋਰ ਕੋਈ ਅਪਡੇਟ ਹੋਊਗੀ ਤੁਹਾਡੇ ਨਾਲ ਫਿਰ ਸੰਪਰਕ ਕਰਾਂਗੇ। ਤੇ ਇਹ ਦਰਸ਼ਕੋ, ਤੁਸੀਂ ਵਿਰਕ ਸਾਹਿਬ ਦੇ ਨਾਲ ਗੱਲਬਾਤ ਕੀਤੀ, ਜੋ ਉਹਨਾਂ ਦੀ ਸੁਣੀ ਤੇ ਉਹਨਾਂ ਨੇ ਮਹਿਲਾਵਾਂ ਦਾ ਜਿਹੜਾ ਪੱਖ ਪੂਰੀ ਤਰੀਕੇ ਨਾਲ ਪੂਰਿਆ। ਮਹਿਲਾਵਾਂ ਨੂੰ ਪ੍ਰਤੀਨਿਧਤਾ ਦੇਣ ਬਾਰੇ ਜਾਂ ਨਾ ਦੇਣ ਬਾਰੇ
ਇੱਕ ਮੁਲਾਕਾਤ ਸਾਡੇ ਸਟਾਫ ਰਿਪੋਰਟਰ ਗੁਰਮੁਖ ਸਿੰਘ ਰੁਪਾਣਾ ਨੇ ਪ੍ਰਿੰਸੀਪਲ ਬੁੱਧਰਾਮ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨਾਲ ਕੀਤੀ ਅਤੇ ਨਾਲ ਨਾਲ ਗੁਰਸ਼ਰਨ ਕੌਰ ਰੰਧਾਵਾ ਜਿਹੜੇ ਮਹਿਲਾ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ। ਉਸ ਗੱਲਬਾਤ ਦੇ ਸੁਣੋ ਜ਼ਰਾ ਅੰਸ਼। ਪ੍ਰਧਾਨ ਜੀ, ਮੈਂ ਆਪਾਂ ਦੇਖ ਰਹੇ ਹਾਂ ਕਿ ਕਾਂਗਰਸ ਨੇ ਦੋ ਮਹਿਲਾਵਾਂ ਮੈਦਾਨ 'ਚ ਉਤਾਰੀਆਂ, ਭਾਜਪਾ ਨੇ ਤਿੰਨ ਅਤੇ ਅਕਾਲੀ ਦਲ ਵੱਲੋਂ ਇੱਕ ਉਤਾਰੀ ਹੈ, ਅਤੇ ਪਰ ਤੁਹਾਡੀ ਜਿਹੜੀ ਸੱਤਾਧਿਰ ਪਾਰਟੀ ਆਮ ਆਦਮੀ ਪਾਰਟੀ, ਉਹਨਾਂ ਨੇ ਇੱਕ ਵੀ 13 ਉਮੀਦਵਾਰਾਂ 'ਚੋਂ ਇੱਕ ਵੀ ਮਹਿਲਾ ਨੂੰ ਮੈਦਾਨ 'ਚ ਨਹੀਂ ਉਤਾਰਿਆ, ਇਸਦਾ ਕੀ ਕਾਰਨ ਹੋ ਸਕਦਾ? ਦੇਖੋ, ਗੱਲ ਇਹ ਕਿਸੇ ਨੇ ਅਪਲਾਈ ਨਹੀਂ ਕੀਤਾ ਹੈ ਜਾਂ ਉਤਾਰਨਾ ਅਤੇ ਇਲੈਕਸ਼ਨ ਲੜਨਾ ਦੋ ਜੀ ਡਿਫਰੈਂਟ ਸੀ ਜੀ। ਠੀਕ ਹੈ ਜੀ, ਗੱਲ ਜੀ ਮਹਿਮਾਨ ਦੇਖੋ, ਸਾਡੇ ਸਾਰੇ ਐਮ ਐਲ ਏ ਸਾਹਿਬ ਨੇ, ਮਿਨਿਸਟਰ ਵੱਲੋਂ ਮਿਨਿਸਟਰ ਨੇ, ਸਾਰੀਆਂ ਮਹਿਲਾਵਾਂ ਦੋ ਜੀ, ਡਾਕਟਰ ਬਲਜੀਤ ਕੌਰ ਹੈ ਜੀ, ਬੀਬੀ ਗਗਨ ਅਨਮੋਲ ਗਗਨ ਮਾਨ ਜੀ, ਮਿਨਿਸਟਰ ਹੈ ਜੀ, ਗੱਲ ਨਹੀਂ ਹੈ ਜੀ ਜੀ, ਇਹ ਬਾਈ ਮਤਲਬ ਅਸੀਂ ਕੰਸਿਡਰ ਹੋਇਆ ਸੀ ਸਾਡੀ ਪਾਰਟੀ ਵੱਲੋਂ, ਇਹ ਗੱਲ ਨਹੀਂ ਹੈ ਜੀ। ਲੋਕ ਸਭਾ ਦੀ ਅਪਲਾਈ ਨਹੀਂ ਕੀਤਾ ਕਿਸੇ ਮਹਿਲਾ ਉਮੀਦਵਾਰ ਦੇ ਲਈ, ਕਈ ਵਾਰੀ ਮਰਜ਼ੀ ਹੁੰਦੀ ਆਪਣੀ ਜੀ, ਕੋਈ ਜੀ ਗੱਲ ਨਹੀਂ ਹੁੰਦੀ, ਤੇ ਇਸ ਕਰਕੇ ਜਿਹੜੀਆਂ ਬੜੀਆਂ ਸਹੂਲਤਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ, ਜਿਵੇਂ ਅੱਜ ਵੀ ਚਾਲੂ ਹੈ ਸਾਡਾ ਜਿਹੜਾ ਬੱਸਾਂ ਦੇ ਵਿੱਚ ਜੀ ਜੀ, ਜਲਦੀ ਹੀ ਅਗਲੇ ਸਾਲ ਅਸੀਂ ਸ਼ੁਰੂ ਕਰ ਦਾਂਗੇ 1000 ਰੁਪਏ ਦਾ ਜੀ ਮਹਿਲਾਵਾਂ ਵਾਸਤੇ ਜੀ। ਸੋ ਕੋਈ ਇਹੀ ਗੱਲ ਨਹੀਂ ਜੀ, ਮਹਿਲਾਵਾਂ ਦਾ ਪੂਰੀ ਸਨਮਾਨ ਤੇ ਸਨਮਾਨ ਹੈ ਸਾਡੀ ਪਾਰਟੀ ਵੱਲੋਂ। ਦੇਖੋ ਜੀ, ਕਾਂਗਰਸ ਪਾਰਟੀ ਦੀਆਂ ਹਜੇ 4-5 ਟਿਕਟਸ, 5 ਪਈਆਂ ਨੇ ਪੈਂਡਿੰਗ ਜੀ, ਤੇ ਦੋ ਮਹਿਲਾਵਾਂ ਨੂੰ, ਸਾਡੀਆਂ ਨੂੰ, ਭੈਣਾਂ ਨੂੰ ਜਿਹੜੀ ਟਿਕਟ ਉਹ ਮਿਲ ਚੁੱਕੀ ਹੈ ਜੀ। ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ, ਇਹ ਹਮੇਸ਼ਾ ਹੀ ਜਦੋਂ ਵੋਟਾਂ ਲੈਣੀਆਂ ਸੀ, ਜਦੋਂ ਸਰਕਾਰ ਬਣਾਉਣੀ ਸੀ, ਉਦੋਂ ਮਹਿਲਾਵਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ, ਝੂਠ ਬੋਲੇ ਕਿ 1000 ਰੁਪਿਆ ਦੇਵਾਂਗੇ, ਉਹਨਾਂ ਦੀ ਭਾਗੀਦਾਰੀ ਦਾ ਪੂਰਾ ਧਿਆਨ ਰੱਖਿਆ ਜਾਊਗਾ, ਤੇ ਅੱਜ ਇਹ ਆਪਣੇ ਹੀ ਵਾਅਦਿਆਂ ਤੋਂ ਜਿਹੜੇ ਨੇ ਮੁੱਕਰੇ ਨੇ। ਦੂਜੀ ਗੱਲ ਮੈਂ ਕਹੂੰਗੀ ਕਿ ਬੀਜੇਪੀ ਸੱਤਾ ਧਿਰ ਜਿਹੜੀ ਸੀਗੀ, ਸਰਕਾਰ ਸੀ, 10 ਸਾਲ ਉਹਦੇ ਵਿੱਚ ਸੱਤਾ 'ਚ ਰਹੀ, ਪਹਿਲਾਂ ਵੀ ਕਾਂਗਰਸ ਪਾਰਟੀ ਨੇ ਪੂਰੇ ਯਤਨ ਕੀਤੇ ਕਿ ਜਿਹੜਾ ਰਿਜ਼ਰਵੇਸ਼ਨ ਬਿੱਲ ਹੈਗਾ ਲੇਡੀਜ਼ ਲਈ ਉਹ ਪਾਸ ਹੋਵੇ। ਆਮ ਆਦਮੀ ਪਾਰਟੀ ਕਹਿ ਰਹੀ ਹੈ, ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੇ ਕੈਬਨਿਟ ਮਿਨਿਸਟਰ ਹੈ ਚਾਹੇ ਐਮ ਐਲ ਏ ਹੋਣ, ਉਹਨਾਂ ਨੂੰ ਜਿਹੜਾ ਹੈਗਾ ਉੱਥੇ ਵਧੀਆ ਜਿਹੜਾ ਉਹਨਾਂ ਦਾ ਜਿਹੜਾ ਬਣਦਾ ਮਾਨ ਸਤਿਕਾਰ ਦਿੱਤਾ। ਪੰਜਾਬ ਦੇ ਵਿੱਚ ਮਹਿਲਾਵਾਂ ਲਈ ਬੱਸ ਜਿਹੜੇ ਹੈਗੇ ਆ, ਬੱਸਾਂ ਦਾ ਕਿਰਾਇਆ ਫਰੀ ਹੈ, ਅਤੇ ਪਰ ਫਿਰ ਵੀ ਜਿਹੜਾ ਇਲੈਕਸ਼ਨ ਦੇ ਵਿੱਚ ਕਈ ਵਾਰ ਉਹ ਕਹਿੰਦੇ ਵੀ ਨਹੀਂ ਕੰਟੈਸਟ ਕਰਨੀ ਚਾਹੁੰਦੀ ਕੋਈ ਮਹਿਲਾ। ਇਹ ਤਾਂ ਨਹੀਂ ਹੋ ਸਕਦਾ ਕਿ ਕੰਟੈਸਟ ਨਹੀਂ ਕਰਨਾ ਚਾਹੁੰਦੀ, ਬੱਸਾਂ ਦਾ ਜਿਹੜਾ ਫੇਅਰ ਫਰੀ ਹੈ ਉਹ ਤਾਂ ਕਾਂਗਰਸ ਨੇ ਕੀਤਾ ਸੀ, ਉਹ ਕਿਹੜਾ ਇਹਨਾਂ ਨਹੀਂ ਕੀਤਾ, ਇਹ ਤਾਂ ਬੰਦ ਕਰਨ ਨੂੰ ਬਿਲਕੁਲ ਤਿਆਰ ਦੇ। ਤੁਹਾਨੂੰ ਵੀ ਪਤਾ 1000 ਰੁਪਇਆ ਕਿਉਂ ਨਹੀਂ ਦੇ ਰਹੇ, ਕਿਉਂਕਿ ਪੈਸਾ ਹੀ ਨਹੀਂ, ਕੋਈ ਪ੍ਰੋਪਰ ਐਕਸਪੀਰੀਅੰਸ ਨਹੀਂ, ਤਜਰਬਾ ਨਹੀਂ, ਕੋਈ ਬਿਉਂਤ ਬੰਦੀ ਨਹੀਂ, ਸਾਰੀਆਂ ਨੀਤੀਆਂ ਜਿਹੜੀਆਂ ਨੇ ਇਹਨਾਂ ਦੀਆਂ ਫੇਲ ਹੋ ਚੁੱਕੀਆਂ ਨੇ। 2 ਸਾਲ ਹੋ ਗਏ, 25-25 ਹਜ਼ਾਰ ਔਰਤਾਂ ਬੰਗ ਰਹੀਆਂ ਨੇ, ਪਹਿਲਾਂ ਉਹਨਾਂ ਨੂੰ ਦਿਓ। ਦੇਖੋ, ਮੈਂ ਮਹਿਲਾ ਕਾਂਗਰਸ ਦੀ ਪ੍ਰਧਾਨ ਹੋਣ ਦੇ ਨਾਤੇ ਆਪਣੀ ਹਾਈ ਕਮਾਂਡ ਨੂੰ ਇਹ ਕਿਹਾ ਕਿ ਮਹਿਲਾ ਕਾਂਗਰਸ ਚ ਜਿਹੜੀਆਂ ਕੋਈ ਸੰਗਠਨ ਚ ਕੰਮ ਕਰਦੀਆਂ ਨੇ, ਜਿਹੜੀਆਂ ਆਪਣੇ ਬਲਬੂਤੇ ਤੇ ਜਿਹੜੀਆਂ ਸਾਡੀਆਂ ਭੈਣਾਂ ਕੰਮ ਕਰਦੀਆਂ ਨੇ ਪਾਰਟੀ ਦੇ ਲਈ, ਲੋਕਾਂ ਦੇ ਵਿੱਚ ਸੋਸ਼ਲ ਨੇ, ਉਹਨਾਂ ਨੂੰ ਟਿਕਟਾਂ ਦਿਓ। ਮੈਂ ਨਹੀਂ ਮੰਗੀ ਟਿਕਟ ਕਿ ਮੈਨੂੰ ਹੀ ਦਿਓ, ਜੇ ਮੇਰੀ ਕੋਈ ਮੇਰੇ ਤੋਂ ਵੱਧ ਕਾਬਲੀਅਤ ਵਾਲੀ ਭੈਣ ਹੈ ਤੇ ਉਹਨੂੰ ਟਿਕਟ ਦਿੱਤੀ ਜਾਵੇ। ਤੁਸੀਂ ਇਹਨਾਂ ਰਿਪੋਰਟਾਂ ਤੋਂ ਦੇਖਿਆ ਹੀ ਹੋਵੇਗਾ ਕਿ ਪੰਜਾਬ ਦੇ ਵਿੱਚ ਇਸ ਸਮੇਂ ਔਰਤਾਂ ਦੇ ਨਾਲ ਕਿੰਨੀ ਨਾਇਨਸਾਫੀ ਹੋਈ ਹੈ, ਤੇ ਮਹਿਲਾਵਾਂ ਇਹ ਮੰਗ ਕਰ ਰਹੀਆਂ ਨੇ ਕਿ ਸਾਨੂੰ ਵੀ ਪੂਰੀ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ।
ਦੇਸ਼ ਦੇ ਵਿੱਚ ਭਾਵੇਂ ਮਹਿਲਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪੰਜਾਬ ਦੇ ਵਿੱਚ ਵੀ ਜਿਹੜਾ ਕਰੋੜਾਂ ਦੇ ਵਿੱਚ ਇਸ ਸਮੇਂ ਮਹਿਲਾ ਵੋਟਰ ਨੇ, ਅਤੇ ਉਹਨਾਂ ਨੂੰ ਜੇਕਰ ਬਰਾਬਰ ਦੀ ਸਮਾਨਤਾ ਨਹੀਂ ਦਿੱਤੀ ਜਾਂਦੀ ਤਾਂ ਇਹ ਬਹੁਤ ਹੀ ਮਾੜੀ ਗੱਲ ਹੈ। ਅਤੇ ਇਸ ਸੰਬੰਧ ਵਿੱਚ ਸਿਆਸੀ ਪਾਰਟੀਆਂ ਨੂੰ ਵੀ ਗੰਭੀਰ ਹੋਣਾ ਚਾਹੀਦਾ ਹੈ ਅਤੇ ਔਰਤਾਂ ਨੂੰ ਪੂਰਾ ਪੂਰਾ ਹੱਕ ਦੇਣਾ ਚਾਹੀਦਾ ਹੈ। ਇਹ ਸੀ ਅੱਜ ਦੀ ਰਿਪੋਰਟ, ਕੱਲ੍ਹ ਨੂੰ ਫਿਰ ਕਿਸੇ ਨਵੇਂ ਵਿਸ਼ੇ ਦੇ ਉੱਤੇ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਆਗਿਆ, ਸਤਿ ਸ਼੍ਰੀ ਅਕਾਲ।